ਆਪਾਂ ਇਸ ਟਾਈਮ ਜੇ ਫਿਰ ਰਹੇ ਹਾਂ ਨਾ ਤਾਂ ਸਨੋ ਲੈਪੜ ਦੇ ਇਲਾਕੇ ਦੇ ਵਿੱਚ ਫਿਰਦੇ ਪਏ ਹਾਂ। ਕਹਿੰਦੇ ਸਿਆਣੇ ਦਾ ਕਿਹਾ ਦੇ ਔਲੇ ਦਾ ਖਾਧਾ ਛੋਟਾ ਜਿਹਾ ਪੰਗਾ ਹੋ ਗਿਆ ਪੇੜ ਭੇੜ ਭੇੜ ਸਨੋ ਲੈਪੜ ਦਾ ਸ਼ਿਕਾਰ ਅਤੇ ਸਨੋ ਲੈਪੜ ਹੈਗਾ ਇੱਥੇ ਤਾਂ ਇਹਦਾ ਸ਼ਿਕਾਰੀ ਵੀ ਇੱਥੇ ਆ। ਇੱਕ ਪੰਗਾ ਹੋਰ ਹੋ ਗਿਆ ਯਾਰ। ਨਾਸ਼ਤਾ ਨੁਸ਼ਤਾ ਕਰਕੇ ਨਿਕਲਦੇ ਹਾਂ, ਨੂੰ 9 ਵੱਜ ਗਏ। ਆਪਾਂ ਨੇ ਪਿੰਨ ਵੈਲੀ ਕੈਂਸਲ ਕਰਤੀ ਆ ਕਿਉਂਕਿ ਉੱਥੇ ਹੈ ਤਾਂ ਕੋਈ ਲੋਕੇਸ਼ਨ ਤਾਂ ਹੈ ਨਹੀਂ ਸਰ, ਵਿਊਜ਼ ਹੀ ਨੇ। ਅਤੇ ਜਾ ਕੇ ਇਕੱਲਾ ਇੱਕ ਵਿਊਜ਼ ਲਈ 60-70 ਕਿਲੋਮੀਟਰ ਜਾਣਾ ਅਤੇ ਟ੍ਰਿਪ ਨੂੰ ਲੇਟ ਕਰਨਾ ਸਹੀ ਨਹੀਂ ਲੱਗਿਆ ਅਤੇ ਆਪਾਂ ਉਹਨੂੰ ਕੈਂਸਲ ਕਰਕੇ ਹੁਣ ਸਿੱਧਾ ਆਪਾਂ ਚੱਲੇ ਹਾਂ ਕਾਜ਼ਾ। ਤਾਂ ਵੀਰ ਜੀ, ਬੁਲਟ ਵਾਲਿਆਂ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ। ਲਾਸਟ ਵੀਡੀਓ ਦੇ ਵਿੱਚ ਜਿਹੜਾ ਪਿਛਲਾ ਵਲੌਗ ਸੀ, ਆਪਾਂ ਉਦੋਂ ਧਨਕਰ ਮਨਿਸਟਰੀ ਤੋਂ ਉੱਤਰ ਕੇ ਬਿਲਕੁਲ ਕਾਜ਼ਾ ਦੀਆਂ ਬਰੂਹਾਂ 'ਚ ਬਹਿ ਗਏ ਸੀਗੇ ਅਤੇ ਹੁਣ ਅੱਜ ਦੇ ਵਲੌਗ ਦੇ ਵਿੱਚ ਚੜ੍ਹਾਂਗੇ ਉੱਤੇ ਕੌਮਿਕ ਵੱਲ ਨੂੰ ਅਤੇ ਹਿੱਕਮ ਵੱਲ ਨੂੰ। ਤੁਹਾਨੂੰ ਸਾਰੀਆਂ ਯੂਨੀਕ ਚੀਜ਼ਾਂ ਦਿਖਾਵਾਂਗੇ ਉੱਥੇ ਦੀਆਂ, ਨਾਲ ਨਜ਼ਾਰੇ ਅਤੇ ਚੈੱਕ ਕਰਾਵਾਂਗੇ ਉਹ ਵੀ। ਤਾਂ ਬਣੇ ਰਹੋ ਵੀਡੀਓ ਦੇ ਨਾਲ, ਵੀਡੀਓ ਨੂੰ ਕਰਦੇ ਸ਼ੁਰੂ। ਬਾਕੀ ਦੀ ਗੱਲ ਆਪਾਂ ਮੋਟਰਸਾਈਕਲ ਦੇ ਉੱਤੇ ਬਹਿ ਕੇ ਕਰਦੇ ਹਾਂ ਅਤੇ ਤੁਹਾਨੂੰ ਥੋੜ੍ਹਾ ਜਿਹਾ ਕਾਜ਼ਾ ਦਿਖਾ ਕੇ ਜਾਵਾਂਗੇ ਅਤੇ ਅੱਜ ਰਾਤ ਦੀ ਜਿਹੜੀ ਵਾਪਸੀ ਆਪਣੀ ਫਿਰ ਕਾਜ਼ਾ ਹੀ ਆ ਅਤੇ ਕਾਜ਼ਾ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ। ਤਾਂ ਬਾਈ ਹੁਣ ਆਪਾਂ ਨੀਚੇ ਉਤਰੇ ਹਾਂ ਜੀ ਅਤੇ ਹੁਣ ਆਪਾਂ ਜਾਣਾ ਵਾ ਪਹਿਲਾਂ ਕਾਜ਼ਾ, ਕਾਜ਼ਾ ਤੋਂ ਜਾਣਾ ਆਪਾਂ ਕੌਮਿਕ। ਕੌਮਿਕ ਇੱਥੋਂ ਗੂਗਲ ਮਾਤਾ ਦਿਖਾਉਂਦੀ ਵੀ ਆ 41 ਕਿਲੋਮੀਟਰ, ਡੇਢ ਘੰਟੇ ਦਾ ਰਾਹ। ਆਪਾਂ ਹੁਣ ਉਸੇ ਰਸਤੇ ਨੂੰ ਪਕੜ ਕੇ ਨਿਕਲ ਜਾਣਾ ਵਾ। ਤਾਂ ਬਾਈ ਜੀ, ਜੇ ਆਪਾਂ ਪਿੰਨ ਵੈਲੀ ਜਾਣਾ ਹੁੰਦਾ ਤਾਂ ਉਹ ਸੜਕ ਤੋਂ ਆਪਾਂ ਜਾਣਾ ਸੀਗਾ ਅਤੇ ਆਹ ਸਾਰੀ ਪਿੰਨ ਵੈਲੀ ਆ ਅੰਦਰ ਨੂੰ, ਤਾਂ ਉਹ ਜਿਹੜਾ ਹਰਾ ਗੇਟ ਦੇਖ ਰਹੇ ਨਾ, ਹਰਾ ਅਤੇ ਪੀਲਾ, ਅਤੇ ਉੱਥੋਂ ਦੀ ਹੀ ਇਹਦਾ ਰਸਤਾ ਕੱਟਦਾ ਵਾ। ਅਤੇ ਬਾਈ ਜੇ ਪਿੰਨ ਵੈਲੀ ਜਾਣਾ ਤਾਂ ਆਪਾਂ ਆਹ ਰਾਹ ਮੁੜ ਜਾਵਾਂਗੇ ਅਤੇ ਘੁੰਮ ਕੇ ਪਿੰਨ ਵੈਲੀ ਚੱਲ ਜੂਗਾ। ਅਤੇ ਇੱਥੇ ਨਾ ਇੱਦਾਂ ਆਹ ਸੜਕਾਂ ਦੇ ਉੱਤੇ ਗੁੰਪੇ ਬਣੇ ਹੋਏ ਆ, ਇਹ ਬੋਧੀ ਲੋਕ ਦੇ ਉੱਤੋਂ ਦੀ ਨਾ ਇੱਕ ਚੱਕਰ ਲਾ ਕੇ ਜਾਂਦੇ ਆ ਇੱਦਾਂ ਉੱਧਰ ਦੀ। ਇਹ ਆਪਾਂ ਲੱਦਾਖ ਦੇ ਵਿੱਚ ਵੀ ਦੇਖਦੇ ਰਹੇ ਹਾਂ, ਉੱਥੇ ਵੀ ਬਹੁਤ ਸੀ। ਤਾਂ ਲਓ ਜੀ, ਕਾਜ਼ਾ ਦਾ ਗੇਟ ਆ ਗਿਆ, ਗ੍ਰਾਮ ਪੰਚਾਇਤ ਕਾਜ਼ਾ ਸਵਾਗਤ ਕਰਤੀ ਹੈ ਆਪਕਾ। ਹੁਣ ਆਪਾਂ ਇੱਥੋਂ ਫਿਲਹਾਲ ਜਾਣਾ ਵਾ 3.5 ਕਿਲੋਮੀਟਰ ਹੋਰ ਅੱਗੇ ਜਾਣਾ, ਉੱਥੋਂ ਫਿਰ ਆਪਾਂ ਟਰਨ ਲੈ ਲੈਣਾ ਵਾ। ਦੋ ਰਸਤੇ ਆ, ਜਾਂ ਤਾਂ ਤੁਸੀਂ ਲਾਂਗਜ਼ਾ ਵੱਲ ਦੀ ਚੱਲ ਜਾਓ ਅਤੇ ਜਾਂ ਫਿਰ ਤੁਸੀਂ ਚੱਲ ਜਾਓ ਹਿੱਕਮ ਵੱਲ ਦੀ, ਕੌਮਿਕ ਵੱਲ ਦੀ ਪਹਿਲਾਂ, ਅਤੇ ਆਪਾਂ ਚੱਲਾਂਗੇ ਕੌਮਿਕ ਵੱਲ ਦੀ। ਤਾਂ ਕੌਮਿਕ ਜਿਹੜਾ ਵਾ ਇਸ ਰੀਜਨ ਦਾ ਸਭ ਨੂੰ ਹਾਈਐਸਟ ਪਿੰਡ ਆ, ਵੀ ਕੌਮਿਕ ਦੀ ਹਾਈਟ ਸਾਰਿਆਂ ਨੂੰ ਜ਼ਿਆਦਾ ਵਾ। ਤਾਂ ਆਹ ਵਾ ਜੀ ਕਾਜ਼ਾ, ਕਈ ਰਸਤੇ ਨੀਚੇ ਨੂੰ ਉਤਰਦੇ ਆ ਜਿਹੜੇ ਹੋਮ ਸਟੇਆਂ ਵੱਲ ਨੂੰ ਜਾਂਦੇ ਆ, ਅਤੇ ਕੋਈ ਵੀ ਫੜ ਸਕਦੇ ਹੋ ਰਾਹ। ਤਾਂ ਬਾਈ ਜੀ, ਇੱਕ ਛੋਟਾ ਜਿਹਾ ਪੰਗਾ ਹੋ ਗਿਆ ਜਿਹੜਾ ਆਪਣੇ ਨਾਲ ਮੁੰਡੇ ਨੇ ਦੋ, ਅਤੇ ਉਹਨਾਂ 'ਚ ਇੱਕ ਹੈਦਰਾਬਾਦ ਦਾ ਮੁੰਡਾ ਵਾ ਜਿਹੜਾ, ਉਹ ਪਤਾ ਨਹੀਂ ਕਿਹੜਾ ਮੈਪ ਫੋਲੋ ਕਰਕੇ ਕਿੱਧਰਲੇ ਰਸਤੇ ਥਾਈਂ ਦੀ ਚਲਾ ਗਿਆ ਵਾ। ਉਹ ਤੋਂ ਬਾਅਦ ਉਹਦਾ ਦੂਜਾ ਪੰਗਾ ਇਹ ਹੋ ਗਿਆ ਵੀ ਉਹਦੀ ਪੈਟਰੋਲ ਦੀ ਕੈਨੀ ਗਿਰ ਗਈ। ਆਪਾਂ ਹੀ ਦਿੱਤੀ ਸੀ ਆਪਣੀ ਕੈਨੀ ਸੀ, ਉਹਦੇ 'ਚ ਆਪਣਾ ਵੀ 1.5 ਲੀਟਰ ਤੇਲ ਸੀਗਾ। ਕੱਲ੍ਹ ਉਹਨੇ ਖੁੱਲ੍ਹਾ ਤੇਲ ਲਿਆ ਸੀ ਕਿਉਂਕਿ ਉਹਨੇ ਰਿਕੋਂਗਪੀ ਉਹਦੇ ਵਿੱਚ ਤੇਲ ਪਵਾਇਆ ਨਹੀਂ, ਅਤੇ ਹੁਣ ਪਹਿਲਾਂ ਤਾਂ ਉਹਨੂੰ ਲੱਭਣਾ ਵਾ। ਉਸ ਤੋਂ ਬਾਅਦ ਉਹਦੇ ਮੋਟਰਸਾਈਕਲ ਦਾ ਤੇਲ ਖਤਮ ਤਾਂ ਆਪਾਂ ਆਪਣੀ ਟੈਂਕੀ 'ਚ ਦੇਵਾਂਗੇ, ਕਿਉਂਕਿ ਮੈਂ ਕਾਜ਼ਾ ਪਹੁੰਚ ਗਿਆ ਸੀ ਅਤੇ ਕਾਜ਼ਾ ਪੰਪ 'ਤੇ ਪੁੱਛ ਕੇ ਆਇਆ, ਉਹਨਾਂ ਕੋਲ ਪੈਟਰੋਲ ਹੈ ਨਹੀਂ ਗਾ, 3 ਵਜੇ ਤੋਂ ਬਾਅਦ ਮਿਲਣਾ ਉਹਨਾਂ ਨੂੰ ਪੈਟਰੋਲ, ਅਤੇ ਪਹਿਲਾਂ ਤਾਂ ਉਹਨੂੰ ਲੱਭੀਏ। ਉਹਨੇ ਆਪਣੀ ਲੋਕੇਸ਼ਨ ਉਹਨੂੰ ਕਿਹਾ, ਇੰਨਾ ਸ਼ੁਕਰ ਆ ਮਾਲਕ ਦਾ ਵੀ ਇੱਥੇ ਨੈੱਟ ਚੱਲਦਾ, ਅਤੇ ਇੰਟਰਨੈਟ ਕਰਕੇ ਉਹਨੇ ਲੋਕੇਸ਼ਨ ਭੇਜੀ ਆ। ਉਹਦੀ ਲੋਕੇਸ਼ਨ ਮੇਰੀ ਲੋਕੇਸ਼ਨ ਤੋਂ 21 ਕਿਲੋਮੀਟਰ ਦੂਰ ਬੈਠਾ ਵਾ। ਹੁਣ ਪਹਿਲਾਂ 21 ਕਿਲੋਮੀਟਰ ਮੈਂ ਵਾਪਸ ਜਾਊਂਗਾ, ਉਹਨੂੰ ਲੱਭੂੰਗਾ, ਲੱਭ ਕੇ ਉਹਨੂੰ ਆਪਦੇ ਬਾਈਕ 'ਚੋਂ ਤੇਲ ਦੇ ਕੇ ਅਤੇ ਫਿਰ ਉਹਨੂੰ ਉੱਤੇ ਕੌਮਿਕ ਵੱਲ ਲੈ ਕੇ ਚੱਲਾਂਗੇ। ਅਤੇ ਬਾਕੀ ਇਹ ਬਾਈ ਇੱਦਾਂ ਹੁੰਦਾ, ਇਹਨੂੰ ਕਹਿੰਦੇ ਆ ਬਾਈਕਿੰਗ ਬ੍ਰਦਰਹੁੱਡ, ਠੀਕ ਆ, ਇਹ ਸਾਰੇ ਕੰਮ ਨੂੰ ਬਾਈਕਿੰਗ ਬ੍ਰਦਰਹੁੱਡ ਕਹਿੰਦੇ ਆ। ਆਪਾਂ ਨੂੰ ਇਹਨਾਂ ਔਖੇ ਰਾਹਾਂ ਦੇ ਉੱਤੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਚਲੋ ਇਹ ਮੁੰਡੇ ਦਾ ਮੇਰੇ ਨਾਲ 3-4 ਦਿਨ ਦੇ ਸਫ਼ਰ ਕਰ ਰਹੇ ਆ, ਜੇ ਬਾਈ ਚਾਂਸ ਮੈਨੂੰ ਹੱਥ ਦੇ ਕੇ ਰੋਕਿਆ ਵੀ ਹੁੰਦਾ ਅਤੇ ਨਾ ਵੀ ਸਫ਼ਰ ਕਰਦੇ ਹੁੰਦੇ ਤਾਂ ਵੀ ਇਹਨਾਂ ਨੂੰ ਆਪਾਂ 1.5 ਲੀਟਰ ਪੈਟਰੋਲ ਦੇ ਦੇਣਾ ਸੀ, ਚਾਹੇ ਸਾਡਾ ਸਰਦਾ ਨਾ ਸਰਦਾ, ਕਿਉਂਕਿ ਕੁਛ ਇਹ ਮੰਜ਼ਿਲ ਦੇ ਨੇੜੇ ਤੇੜੇ ਹੋ ਜਾਂਦੇ, ਖੁੱਲ੍ਹਾ ਪੈਟਰੋਲ ਲੈਣ ਨਾਲ ਜੋਗੇ ਹੋ ਜਾਂਦੇ ਅਤੇ ਕੁਛ ਆਪਾਂ ਮੰਜ਼ਿਲ ਦੇ ਨੇੜੇ ਹੋ ਜਾਂਦੇ। ਤਾਂ ਚਲੋ ਪਹਿਲਾਂ ਤਾਂ ਹੁਣ ਇਹਨੂੰ ਲੱਭੀਏ, ਲੱਭ ਕੇ ਅਤੇ ਇਹਦੇ ਵਾਲਾ ਸਫ਼ਰ ਚੱਲਦਾ ਰੱਖੀਏ। ਆਹ ਹੋ ਰਹੀ ਹੈ ਜੀ ਠੰਡ ਦੀ ਤਿਆਰੀ, ਇਗਲੂਆਂ ਵਾਂਗੂ ਘਰ ਬਣਾਏ ਆ। ਤਾਂ ਲਓ ਜੀ, ਆ ਗਏ ਉਹਦੀ ਲੋਕੇਸ਼ਨ 'ਤੇ ਅਤੇ ਬੰਦਾ ਵੀ ਗਿਆ ਮੇਲਾ ਆਪਣਾ ਖੜਾ ਘੁੱਗੂ ਆਰਾਮ ਨਾਲ। ਕਹਿੰਦੇ ਸਿਆਣੇ ਦਾ ਕਿਹਾ ਦੇ ਔਲੇ ਦਾ ਖਾਧਾ ਬਾਅਦ ਮੇਂ ਸਮਝ ਆਤਾ ਹੈ, ਤੁਝੇ ਬੋਲਾ ਥਾ ਨਾ ਸੁਬਹ ਡਾਲ ਲੇ।
अब वो दूसरा वो खाना खाने बैठ गया, पता नहीं कहाँ पे बैठा है। वो बोला कॉमिक में मिलते हैं। मैंने फिर उसको यही बोल के भेजा था वहां से भी, तू कॉमिक में मिलना हमें। चाहे मुंडा अपन गलत ले आया, पंगे ज ले आया, पर नज़ारा बहुत घेंट आ। उत्ते चढ़े हैं ना, सह चढ़ाया पाया। आ सारिया कंडे वाली झाड़ियाँ ने कंडे है। तो इस टाइम आप इस पहाड़ के शिखर ते हाँ, बिल्कुल टॉप के उत्ते। हूँ एक पंगा होर हो गया यार, नैट नहीं चल रहा। असं वह उत्तों उतरे हाँ, उतों दो रस्ते कटते सी, एक आ रस्ता कटता सी, एक परे आ। असं हूँ आपके अंदाजे नाल आ रस्ता आ गए हैं। GPS चल नहीं रहा, ऑफलाइन आ। ये कोई नवा पंगा ना हो, पहला रोड बड़ा सोहना सीगा, हुण रोड बाला ही सोहना हो गया। तो भाई पता नहीं है किहड़ा वा जगह, पर वेलकम कर रहे हैं। तो भाई वेलकम किया है, मालूम नहीं अभी तक तो नाम इस प्लेस का क्या है, देखते हैं ढूंढते हैं। तो अभी तक तो बिल्कुल गांव जैसी फीलिंग ही आ रही है। गूगल मैप नेट चेक करना पड़ेगा भाई, आ गया नेट तो। तो जी देखते हैं, देख के बताओ। आप आ गए 8 किलोमीटर गलत, हुण फिर पहाड़ चढ़ना पैना आपां नूं, टॉप ते जाना पैना। टॉप ते जा के फिर 2 किलोमीटर एक टर्न होर लै के फिर जाना। एक्चुअल च उत्थे नैट भी है नहीं सी, ते फिर असीं आपदा अंदाजा लाया, ये शहर दिखदा पिया सी वड्डा, ते असीं कहा भी यार हो सकदा जे ये दिख रहा तो इधर ही होऊ। तो हुण वापस होए आ फिर उधर नूं ही, 12:30 तो इत्थे ही वज गए आ। तो हले ही कॉमिक पहुँचना वा, इतों 26 किलोमीटर कॉमिक दिखाता पाया वा। पहाड़ों 26 किलोमीटर का मतलब आ भी 1.25 घंटा। अब मेरे हार ने पे रुक जाना। तो भाई फिर उही काम हो गया यार, असी 8 किलोमीटर गलत आ गए। वो तो डैमुल पिंड सीगा कोई, तो हुण फिर उही जिथे स्तूपा तो थोनू चढ़ाई दिखाई सी भी व्यू देखो जी, ठीक है। पहला उत्थे जाना वा, उतों फिर 2 किलोमीटर फिर नीचे उतरना वा, नीचे उतर के फिर कच्चा राह वा, वह कच्चा राह लेना वा। साडा एक्सपैरीमेंट साढ़े तो फेल हो गया। ये मुंडे ने जे तेल वाला इशू ना होया हों फिर तो काजा वल दी बड़ा वधिया रस्ता वा, मतलब तुम आना हो इधर दी कदे ना आयो। काजा तो जिहड़ा गूगल मैप दिखाता रस्ता, वो फड़ के सीधा निकल जो उतों सारा 30 किलोमीटर आ। तो मेरा तो हुण ही यह 60-65 किलोमीटर बन गया वा, तो 8 पा के यह मेरा ख्याल 72 किलोमीटर बन जाना वा। पर चलो आपां नूं कोई फर्क नहीं, आपां तां मज़े लैण आए हैं, तो आपां मज़े लै रहे हैं। आ ग्राउंड आ इस पिंड दा जवाकां लई बनाया होया। मैं ये सोचता सी जदों मैं पढ़िया बोर्ड भी है ग्राउंड आ, ग्राउंड तो चलो सारे पासे ही इत्थे, पर इत्थे जवाक खेडूगी, चिड़ी छिक्का इत्थे नहीं खेड सकता, हवा इन्नी चलती आ। फुटबॉल खेडी कदे माड़ा जिहा मोटा 19-21 गया तो फुटबॉल थले चले जानी है, लैके कौन आऊगा। उस तो बाद क्रिकेट इत्थे नहीं खेड सकते, खेडणगे की कैरम बोर्ड खेड सकते आ बैठ के, 12 DT खेड सकते आ बैठ के, समझो बाहर आ कम। तो भाई जी अगले 18 किलोमीटर आ ही रहा वा, अज तो नज़ारा बनया गया साढ़े वाला। हुण ऐ भी इत्थे स्पीड भी कंट्रोल रखनी पैनी आ, उत्तों पत्थरां ते ध्यान भी रखना पैना, ते बहुत खतरनाक राह वा क्योंकि इस टाइम आपां बहुत ज़्यादा हाइट दे उत्ते आ, ऑलमोस्ट 11,000-11,500 फुट दे उत्ते आ। बस रतांग पास जिहड़ा वा 2,500 फुट 3,000 फुट उत्ते आ, इहनूं आ सारी लैंडस्लाइड ही आ, काले पहाड़ अलग जी नसल आ गई पहाड़ां दी। ते विच इस तरह दे इक मोड़ दे उत्ते सानूं ज़्यादा जाण नूं औखी हुंदी आ, वड्डे वड्डे पत्थर डिगदे आ ना जदों, ते भेड़ भेड़ भेड़। हाँ तो लो जी नज़ारे, कैमरा निकाल फोटो खिंच भाई। ता ने जी ये पहाड़ी भेड़ा है, वाइल्ड लाइफ सेंचुरी है, किसी दी पालिया हुई नहीं है, पहाड़ी जंगली भेड़ा ने। जंगली है जी, जंगली है ये, जंगली भेड़ा ने। ये एक पैर दो पैर मूहरले ला के भी ये पहाड़ चढ़ जांदियां ने, आही कंडियालियां बूटियां खाणियां इन्हां ने। तो जे पेड़ इत्थे आ तां इहदा शिकारी भी इत्थे आ। हाँ
ਦੇਖ ਗਿਆ ਨਾ ਭਰਾਵਾ ਤੇ ਭੱਜ ਵੀ ਨਹੀਂ ਹੁਣ ਆਪਣੇ ਕੋਲ ਇੱਥੇ ਤਾਂ ਬਈ ਇਹਦਾ ਸ਼ਿਕਾਰੀ ਹੈਗਾ ਲੈਪਰਡ ਉਹ ਦੇਖੋ ਕਿਵੇਂ ਆ ਰਹੀਆਂ ਉਹ ਗਈ 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 ਮਜ਼ਾ ਆ ਗਿਆ ਬਾਈ ਕੈਮਰਾ ਔਨ ਸੀ ਇਹ ਪਾਲੀਆਂ ਹੋਈਆਂ ਭੇਡਾਂ ਨਹੀਂ ਸੀ ਆਹ ਦੇਖੋ ਪੱਥਰ ਗਿਰ ਰਹੇ ਆ ਉੱਤੋਂ ਓ ਮਾਈ ਗੋਡ ਤਾਂ ਜੰਗਲੀ ਭੇਡਾਂ ਨੇ ਜੀ ਅਤੇ ਇਹ ਜਿਹੜਾ ਏਰੀਆ ਨਾ ਇਹ ਸਨੋਅ ਲੈਪਰਡ ਦਾ ਏਰੀਆ ਵਾ ਸਾਰਾ ਹੀ ਆਪਾਂ ਇਸ ਟਾਈਮ ਜੇ ਫਿਰ ਰਹੇ ਹਾਂ ਨਾ ਤਾਂ ਸਨੋਅ ਲੈਪਰਡ ਦੇ ਇਲਾਕੇ ਦੇ ਵਿੱਚ ਫਿਰਦੇ ਪਏ ਹਾਂ ਸਨੋਅ ਲੈਪਰਡ ਦੀ ਜਿਹੜੀ ਇੱਕ ਸਭ ਨੂੰ ਵੱਡੀ ਖਾਸੀਅਤ ਆ ਵੀ ਉਹਦੀ ਸ਼ੀਲਡ ਇੰਨੀ ਆ ਨਾ ਲੁਕਣ ਵਾਲਾ ਜਿਹੜਾ ਪੰਨ ਆ ਉਹਦਾ ਗਿਰਗਟ ਵਾਂਗੂ ਆ ਇੱਥੇ ਪੱਥਰਾਂ 'ਚ ਵੀ ਬੈਠਾ ਹੋਣਾ ਨਾ ਆਪਾਂ ਨੂੰ ਨਜ਼ਰ ਨਹੀਂ ਆਉਣਾ ਅਤੇ ਇਹੀ ਆ ਨਜ਼ਾਰਾ ਇਹ ਰਸਤਾ ਹੈ ਨਹੀਂ ਗਾ ਉਹਦੇ ਨਾਲ ਦੇ ਬੰਦੇ ਨੂੰ ਪਿੱਛੇ ਛੱਡਣ ਵਾਲਾ ਨਾਲ ਲੈ ਕੇ ਚੱਲਣ ਵਾਲਾ ਹੀ ਰਾਹ ਵਾ ਇਕੱਲੇ ਇਕੱਲੇ ਨਹੀਂ ਹੋਣਾ ਚਾਹੀਦਾ ਦੇਖੋ ਮਜ਼ਾ ਵੀ ਆ ਰਿਹਾ ਵਾ ਹਲਕਾ ਜਿਹਾ ਅੰਦਰ ਅਹਿਸਾਸ ਵੀ ਆ ਡਰ ਤਾਂ ਨਹੀਂ ਕਹਾਂਗੇ ਕਿਉਂਕਿ ਸਾਡੀ ਕੌਮ ਨੇ ਡਰਨਾ ਡਰਨਾ ਤਾਂ ਆਪਾਂ ਸਿੱਖਿਆ ਹੀ ਕੋਈ ਨਹੀਂ ਜਿੱਦਣ ਅਕਾਲ ਪੁਰਖ ਦੀ ਮਰਜ਼ੀ ਆਉਣੀ ਆ ਉਦਣ ਕੋਈ ਨਹੀਂ ਰੋਕ ਸਕਦਾ ਫਿਰ ਵੀ ਸਤਰਕਤਾ ਤਾਂ ਆਪਾਂ ਨੂੰ ਆਪਦੇ ਤੌਰ 'ਤੇ ਰੱਖਣੀ ਆ ਨਾ ਤਾਂ ਉਹੀ ਆਪਾਂ ਦੇਖਦੇ ਜਾ ਰਹੇ ਹਾਂ ਇਕੱਠੇ ਰਹਾਂਗੇ ਤਾਂ ਵਧੀਆ ਰਹਾਂਗੇ ਅਤੇ ਇਹ ਵਾਲਾ ਏਰੀਆ ਅਤੇ ਕਿੱਬਰ ਕਿੱਬਰ ਰੀਜ਼ਨ ਆਪਾਂ ਉੱਥੇ ਵੀ ਜਾਣਾ ਵਾ ਕਿੱਬਰ ਦੇ ਵਿੱਚ ਲੋਕ ਸਰਦੀਆਂ ਦੇ ਵਿੱਚ ਸਪੈਸ਼ਲ ਬਾਹਰੋਂ ਆਉਂਦੇ ਆ ਕੋਈ ਰਸ਼ੀਆ ਅਮੈਰੀਕਾ ਇੱਦਾਂ ਆਉਂਦੇ ਆ ਸਿਰਫ ਸਨੋਅ ਲੈਪਰਡ ਨੂੰ ਦੇਖਣ ਸਨੋਅ ਲੈਪਰਡ ਦਾ ਸ਼ਿਕਾਰ ਅਤੇ ਸਨੋਅ ਲੈਪਰਡ ਹੈਗਾ ਇੱਥੇ ਤਾਂ ਬਾਈ ਹੁਣੀ ਤੁਹਾਨੂੰ ਦਿਖਾਈ ਉੱਥੇ ਲੈਪਰਡ ਨੇ ਖਾਧੀ ਹੋਈ ਭੇਡ ਛੱਡੀ ਹੋਈ ਆ ਸਾਡੇ ਵਾਲਾ ਨਾਲ ਦਾ ਤਾਂ ਲੈਪਰਡ ਲੱਭਣ ਦੇ ਚੱਕਰ 'ਚ ਪੂਰਾ ਉਲਝਿਆ ਹੋਇਆ ਵਾ ਹੁਣੀ ਡੀ ਸੀ ਪਤਾ ਨਹੀਂ ਕਿੱਥੇ ਦਾ ਡੀ ਸੀ ਸੀਗਾ ਉਹ ਨਿੰਘਿਆ ਇੱਥੋਂ ਦੀ ਗੱਡੀ ਤੁਸੀਂ ਦੇਖੀ ਹੋਣੀ ਹੈ ਜਾਂਦੀ ਤਾਂ ਹਲੇ ਵੀ ਰਸਤਾ ਬਹੁਤ ਲੰਬਾ ਤਾਂ ਇਹ ਜਿਹੜਾ ਇਲਾਕਾ ਨਾ ਇਹ ਜਿਹੜੇ ਰੋਡ ਨੇ ਇਹ ਇਹਨਾਂ ਦੇ ਲੋਕਲ ਲੋਕਾਂ ਦੇ ਚੱਲਣ ਵਾਲੇ ਰੋਡ ਨੇ ਪਹਾੜਾਂ ਦੇ ਉੱਤੋਂ ਉੱਤੋਂ ਦੀ ਜਿਹੜੇ ਰਾਹ ਨੇ ਇਹ ਤਾਂ ਨੋਰਮਲ ਬੰਦੇ ਘੱਟ ਆਉਂਦੇ ਆ ਕਰਿਆ ਜੀ ਆਹ ਚੋਟੀ 'ਤੇ ਚੜ੍ਹਨ ਦਾ ਰਸਤਾ ਜਿਹਾ ਵੀ ਠੀਕ ਸੀਗਾ ਅਸੀਂ ਕਿਹਾ ਫਿਰ ਚਾੜ੍ਹ ਛੱਡੋ ਅਤੇ ਲਓ ਜੀ ਉੱਤੇ ਬਹਿ ਕੇ ਹੁਣ ਆਪਾਂ ਬਣਾਉਂਦੇ ਹਾਂ ਕੌਫੀ ਫਿਰ ਚੱਲਾਂਗੇ ਆਪਾਂ ਕੌਮੀਕ ਵੱਲ ਨੂੰ ਚੜ੍ਹਾਈ ਤਾਂ ਹੈਗੀ ਸਿੱਧੀ ਆਪਣਾ ਤਾਂ ਨਹੀਂ ਜਾਏਗਾ ਇਸੇ ਆ ਕੇ ਤਾਂ ਲਓ ਜੀ ਬਾਈ ਜੀ ਆਖਰਕਾਰ ਆਪਾਂ ਨੂੰ ਮਿਲ ਹੀ ਗਿਆ ਕੌਮਿਕ ਪਿੰਡ ਵੀ ਵਾਹਵਾ ਜਦੋਂ ਜਹਿਦ ਖਤਰਿਆਂ ਨਾਲ ਖੇਡਦੇ ਖੜਾਉਂਦੇ ਆਪਾਂ ਪਹੁੰਚ ਗਏ ਕੌਮਿਕ ਵਿਲੇਜ ਆਹ ਵਾ ਜੀ ਸਾਰਾ ਕੌਮਿਕ ਸਾਡਾ ਇੱਕ ਬੰਦਾ ਤਾਂ ਪਹਿਲਾਂ ਹੀ ਇੱਥੇ ਆ ਅਸੀਂ ਦੋ ਬੰਦੇ ਇੱਧਰ ਦੀ ਆਏ ਹਾਂ ਲੈਪਰ ਦੀ ਭਾਲ 'ਚ ਲੈਪਰ ਦੇ ਸ਼ਿਕਾਰ ਦੇਖਦੇ ਦੇਖਦੇ ਇੱਧਰ ਨੂੰ ਆਏ ਹਾਂ ਅਤੇ ਕਾਫੀ ਨਿਸ਼ਾਨ ਸੀ ਰਾਹ ਦੇ ਵਿੱਚ ਲੈਪਰ ਦੇ ਵੀ ਅਤੇ ਬਸ ਆਹੀ ਪੁਆਇੰਟ ਹੈ ਜੀ ਕੌਮਿਕ ਪਿੰਡ ਦੇ ਅਤੇ ਗੱਲ ਇਹ ਹੁੰਦੀ ਹੈ ਵੀ ਮੇਨ ਪੁਆਇੰਟ ਇਹੀ ਆ ਅਤੇ ਸਫ਼ਰ ਦਾ ਮਜ਼ਾ ਤਾਂ ਆਪਾਂ ਪੂਰਾ ਲੈ ਲਿਆ ਹੁਣ ਇਸ ਜਗ੍ਹਾ ਨੂੰ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਉਤਰ ਕੇ ਆਰਾਮ ਨਾਲ